ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਸਾਡਾ ਬਦਸਤੂਰ ਜਾਰੀ ਹੈ। ਕਾਲਸ ਇਸ ਟਾਈਮ ਬਹੁਤ ਸਾਰੀਆਂ ਕਿਊ ਦੇ ਵਿੱਚ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਛ ਕਹਿਣਾ ਚਾਹੁੰਦੇ ਨੇ ਸਾਡੇ ਕਾਲਰਸ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ, ਮੈਂ ਯੂਕੇ ਤੋਂ ਬੋਲ ਰਿਹਾ ਜੀ। ਕੀ ਕਹਿਣਾ ਚਾਹੋਗੇ? ਮੈਂ ਤਾਂ ਅੱਜ ਤੁਹਾਡਾ ਪ੍ਰੋਗਰਾਮ ਦੇਖਣ ਡਿਆ ਸੀਗਾ। ਮੈਂ ਕੀ ਦੇ ਦਿੰਦਾ, ਮੈਂ ਸਾਰੇ ਪ੍ਰੋਗਰਾਮ ਦੇਖਦਾ ਰਹਿੰਦਾ ਜੀ। ਜੀ ਹਾਂਜੀ, ਇੱਦਾਂ ਆ ਵੀ ਮੈਂ ਹਿਸਾਬ ਲਾਉਂਦਾ ਸੀ ਵੀ ਹਰ ਬੰਦੇ ਦੇ ਪਿੱਛੋਂ ਮੈਂ ਨੀ ਜਾਂਦੀ ਹੈ ਨਾ। ਜਿੰਨੇ ਸੰਤ ਦੀ ਕਿਸੇ ਦੀ ਮੈਂ ਇੰਟਰਵਿਊ ਵੇਖਦਾ ਕਈ ਵਾਰੀ ਜੀ, ਉਹਨੇ ਪਹਿਲਾਂ ਮੈਂ ਰੱਖੀ ਹੁੰਦੀ ਹੈ ਜੀ। ਜੇ ਕਿਸੇ ਲੀਡਰ ਦੀ ਦੇਖ ਲਓ, ਉਹਦੀ ਵੀ ਮੈਂ ਹੁੰਦੀ ਹੈ ਜੀ। ਕੋਈ ਵੀ ਬੰਦਾ ਆਪਣੀ ਮੈਂ ਛੱਡਣ ਨੂੰ ਤਿਆਰ ਨਹੀਂ ਗਾ। ਲੜਾਈ ਸਿਰਫ ਇਹਨਾਂ ਲੋਕਾਂ ਦੀ ਕਿੰਨੀ ਮੈਂ ਦੀ ਫਸੀ ਹੋਊ। ਅੱਛਾ ਜੀ, ਜੀ ਜੀ ਜੀ, ਠੀਕ ਹੈ ਜੀ। ਲੀਡਰ ਵੀ ਹੈ, ਸੰਤ ਵੀ ਹੈ, ਜਿੰਨੇ ਵੀ ਆ ਸਾਰਿਆਂ ਦੇ। ਮੈਂ ਉਹ ਜਿੱਦਾਂ ਪਬਲਿਕ ਦੇ ਸਿਰਫ ਮੁੱਦੇ ਲੈ ਕੇ ਆਪਣਾ ਜਦੋਂ ਸਰਕਾਰ ਬਣ ਜਾਂਦੀ ਉਦੋਂ ਭੁੱਲ ਜਾਂਦੇ ਜੀ। ਮੈਂ ਛੱਡਣੀ ਜੀ ਬਹੁਤ ਜ਼ਰੂਰੀ ਹੈਗੀ ਆ ਜੀ। ਮੈਂ ਛੱਡਣੀ, ਤੁਸੀਂ ਹਰ ਬੰਦੇ ਦੇ ਵਿੱਚ ਦੇਖੋ, ਚਾਹੇ ਮੈਂ ਵੀ ਹਾਂ, ਮੈਂ ਵੀ ਮੈਂ ਬੋਲੂ ਪਹਿਲਾਂ, ਬੋਲਣ ਲੱਗਾ ਮੈਂ ਬੋਲੂ। ਸਭ ਤੇਰਾ 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 ਨੂੰ ਛੱਡ ਕੇ ਸਭ ਮੇਰਾ 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 ਪਾਸੇ ਇਸ ਪਾਸੇ ਤੁਰ ਪਏ ਨੇ ਮੇਰੇ ਖਿਆਲ। ਮੇਰਾ ਮੇਰਾ ਦੇਖੋ, ਮੈਂ ਵੀ ਗੱਲ ਕਰਦਾ ਨਾ, ਮੇਰੇ ਮੂੰਹੋਂ ਪਹਿਲਾਂ ਮੈਂ ਨਿਕਲਣੀ ਆ ਜੀ 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 ਜੀ। ਜਦੋਂ ਇਹ ਮੈਂ ਆਪਣੀ ਖਤਮ ਨਹੀਂ ਹੁੰਦੀ, ਉਹਨਾਂ ਤੱਕ ਕੋਈ ਇਹਨਾਂ ਦੀ ਕਹਾਣੀ ਮੇਰੇ ਹਿਸਾਬ ਦੇ ਨਾਲ ਸੂਤ ਨਹੀਂ ਲੱਗੀ, ਸਿਰੇ ਨਹੀਂ ਚੜੂਗੀ ਜੀ। ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ। ਸਿਆਸਤਦਾਨਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਕਾਲਰਸ ਕਿ ਮੈਂ ਛੱਡੋ, ਔਰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸੀਗਾ ਸਭ ਤੇਰਾ ਤੇਰਾ ਤੇਰਾ, ਉਸ ਪਾਸੇ ਤੁਰਨ ਦੀ ਲੋੜ ਹੈਗੀ ਹੈ। 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਇਸ ਗੱਲ ਦਾ ਲੋਕ ਜਿਹੜੇ ਹੋਰ ਸਿਆਸਤਦਾਨ ਨੇ ਚਾਹੇ ਕੋਈ ਵੀ ਹੋਣ ਇਸ ਗੱਲ ਨੂੰ ਜ਼ਰੂਰ ਸਮਝਣ। ਆਈ ਥਿੰਕ ਅ ਵੈਲਿਡ ਪੁਆਇੰਟ ਹੀ ਹੈਵ ਰੇਜ਼ਡ। ਨਵੀਨ ਜੀ, ਆਈ ਵੁੱਡ ਲਾਈਕ ਟੂ ਆਸਕ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਆਪ ਨੂੰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਰਹੇ ਹਾਂ, ਹਮੇਸ਼ਾ ਆਪਣੇ ਆਪ ਨੂੰ ਪਾਕ ਸਾਫ ਕਹਿੰਦੇ ਹੋਏ ਉਹਨਾਂ ਦੇ ਸਿਆਸਤਦਾਨ ਨਜ਼ਰ ਆਏ ਨੇ, ਜਿਵੇਂ ਸਾਡੇ ਨਾਲ ਇਹ ਸਿਆਸੀ ਆਗੂ ਵੀ ਜੁੜੇ ਸੀਗੇ ਨਿਊਯਾਰਕ ਤੋਂ। ਅਤੇ ਫਿਰ ਸਿੱਖ ਡਾਇਸਪੋਰਾ ਦੇ ਵਿੱਚ ਇੰਨਾ ਰੋਸ਼ ਕਿਉਂ ਹੈਗਾ? ਵਟ ਡੂ ਯੂ ਥਿੰਕ ਅਬਾਊਟ ਔਨ ਦਿਸ? ਦੇਖੋ, ਜੋ ਕੁਛ ਹੋਇਆ, ਈਵਨ ਨੋਟ ਸਿੱਖ ਡਾਇਸਪੋਰਾ, ਪੀਪਲ ਲਿਵਿੰਗ ਇਨ ਪੰਜਾਬ, ਪੀਪਲ ਲਿਵਿੰਗ ਇਨ ਇੰਡੀਆ ਆਲਸੋ, ਵਾਈ ਦੇ ਆਰ ਸੋ ਮਚ ਅਗਰੈਸਿਵ ਅਬਾਊਟ ਸ਼੍ਰੋਮਣੀ ਅਕਾਲੀ ਦਲ ਬਾਦਲ? ਦੇਖੋ, ਲੋਕ ਇਹ ਮੰਨਦੇ ਨੇ ਕਿ ਗਲਤੀ ਇਹਨਾਂ ਦੀ ਹੈ, ਹੋ ਸਕਦੀ ਹੈ, ਕਿਉਂਕਿ ਪਾਵਰ 'ਚ ਤਾਂ ਇਹੀ ਸੀਗੇ। ਲਾਅ ਐਂਡ ਆਰਡਰ ਦੀ ਕਿੰਨੇ ਦੇਖਣਾ ਸੀ? ਜੋ ਰੂਲਿੰਗ ਪਾਰਟੀ ਹੁੰਦੀ ਹੈ, ਜੋ ਸੱਤਾ 'ਚ ਬੈਠਾ, ਜੋ CM ਹੈ, ਜੋ ਡਿਪਟੀ CM ਹੈ, ਉਹਨਾਂ ਦਾ ਕੰਮ ਹੈ ਨਾ ਲਾਅ ਐਂਡ ਆਰਡਰ ਦੇਖਣਾ। ਹੁਣ ਅਗਰ ਇੰਨੀ ਵੱਡੀ ਇੰਸੀਡੈਂਟ ਹੋ ਗਈ, ਫਾਇਰਿੰਗ ਹੋ ਗਈ, ਬੇਅਦਬੀ ਹੋ ਗਈ, ਤਾਂ ਹਾਊ ਕੈਨ ਮੋਰਲ ਰਿਸਪੋਂਸੀਬਿਲਿਟੀ ਤੋਂ ਭੱਜ ਸਕਦਾ ਸ਼੍ਰੋਮਣੀ ਅਕਾਲੀ ਦਲ? ਔਰ ਮੈਂ ਹਜੇ ਵੀ ਇਹ ਫੀਲ ਕਰਦਾ ਕਿ ਇਨ ਸਪਾਈਟ ਆਫ ਫੇਸਿੰਗ ਦੀ ਰਿਪੋਰਟ ਇਨ ਦੀ ਹਾਊਸ, ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਫੇਸ ਕਰਨੀ ਚਾਹੀਦੀ ਸੀ। ਅਗਰ ਕਾਂਗਰਸ ਨੇ ਜਾਂ ਰਿਪੋਰਟ ਨੇ ਆਪਣੇ ਲੌਜਿਕਸ ਦਿੱਤੇ ਨੇ, ਆਪਣੀ ਫਾਈਂਡਿੰਗਸ ਦਿੱਤੀਆਂ, ਆਪਣੀ ਰਿਪੋਰਟ ਦੇ ਵਿੱਚ ਇਹ ਸਭ ਦਿੱਤਾ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੌਜਿਕ ਰੱਖਣੇ ਚਾਹੀਦੇ ਸੀਗੇ ਜੀ। ਇਨ ਸਪਾਈਟ ਆਫ ਕਿ ਜੀ ਰਿਪੋਰਟ ਬਾਜ਼ਾਰ ਮਿਲ ਰਹੀ ਹੈ, 5 ਰੁਪਏ ਦੀ ਮਿਲ ਰਹੀ ਹੈ, 10 ਰੁਪਏ ਦੀ, ਉਸ ਇਸ਼ੂ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੀ ਪੂਰੀ ਅਟੈਨਸ਼ਨ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਗਰ ਤੁਹਾਨੂੰ ਲੱਗਦਾ ਰਿਪੋਰਟ ਲੀਕ ਹੋ ਗਈ, ਰਿਪੋਰਟ ਹੋ ਗਈ ਲੀਕ, ਐਕਸ਼ਨ ਟੇਕਨ ਰਿਪੋਰਟ ਵੀ ਲੀਕ ਹੋ ਗਈ, ਤੁਹਾਡੇ ਕੋਲ ਰਿਪੋਰਟ ਆ ਗਈ, ਤੁਸੀਂ 5 ਰੁਪਏ ਦੀ ਵੇਚੋ ਜਾਂ 10 ਰੁਪਏ ਦੀ ਵੇਚੋ, ਬਟ ਲੌਜੀਕਲ ਇਹ ਗੱਲ ਸੀ ਕਿ ਅਗਰ ਤੁਸੀਂ ਇਫ ਯੂ ਆਰ ਤੁਸੀਂ ਸੱਚੇ ਹੋ ਤਾਂ ਤੁਸੀਂ ਹਾਊਸ ਦੇ ਵਿੱਚ ਬੈਠ ਕੇ ਫੇਸ ਕਰੋ, ਹਾਊਸ ਦੇ ਵਿੱਚ ਬੈਠ ਕੇ ਸਵਾਲਾਂ ਦਾ ਜਵਾਬ ਦਿਓ, ਉਹ ਉੱਥੇ ਆਪਣੇ ਲੌਜਿਕ ਦਿਓ ਕਿ ਸਾਡੀ ਇਹ ਜਿਹੜਾ ਤੁਸੀਂ ਇਲਜ਼ਾਮ ਲਗਾਇਆ ਹੈ, ਇਹ ਜਿਹੜਾ ਚੀਜ਼ ਲਗਾਈ ਹੈ, ਇੱਥੇ ਪਬਲਿਕ ਅਸੈਂਬਲੀ ਕੀ ਹੈ, ਇਟਸ ਅ ਪਬਲਿਕ ਦਾ ਕੋਰਟ ਹੈ ਨਾ, ਆਪਣੇ ਵੋਟਰਾਂ ਦੀ ਜਨ ਅਦਾਲਤ ਹੈ, ਜੀ ਜੀ, ਉੱਥੇ ਉੱਥੇ ਕਰੋ, ਉੱਥੇ ਬੈਠ ਕੇ ਗੱਲ ਕਰ ਸਕਦੇ, ਸਫਾਈ ਤਾਂ ਦੇਣੀ ਚਾਹੀਦੀ ਸੀ ਜੀ ਜੀ। ਇਨ ਸਪਾਈਟ ਆਫ ਤੁਸੀਂ ਬਾਹਰ ਜਾ ਰਹੇ ਹੋ, ਜਿਸ ਤਰ੍ਹਾਂ ਹੁਣ ਸਾਡੇ ਦਰਸ਼ਕ ਕਹਿ ਰਹੇ ਸੀ, ਮੈਂ ਦੇ ਵਿੱਚ ਸ਼ਿਕਾਰੀ ਤਾਂ ਚਲੋ ਸਾਰੇ ਨੇ, ਮੈਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਿਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ, ਉਹ ਸਾਰੀ ਖਰਾਬ ਹੀ ਮੈਂ ਦੇ ਚੱਕਰ 'ਚ ਹੋਈ ਹੈ ਜੀ ਜੀ, ਸਾਰੇ ਅਹਿਮ ਦੀ ਲੜਾਈ ਹੈ। ਚਲੋ, ਮੇਰੇ ਨਾਲ ਕਾਲਰਸ ਜੁੜੇ ਹੋਏ ਨੇ, ਉਹਨਾਂ ਦੇ ਵੀ ਪ੍ਰਤੀਕਰਮ ਆਪਾਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਕੀ ਬੋਲ ਰਹੇ ਆ ਜੀ? ਜੀ ਜੀ ਭਾਜੀ, ਗੱਲ ਇਹ ਆ ਵੀ ਜੋ ਕਸ਼ਟਾ ਧਰਤਾ ਹੈਗੇ ਅਕਾਲੀ ਦਲ ਆ ਜੀ, ਤੁਸੀਂ ਕੋਈ ਵੀ ਅਖਬਾਰਾਂ ਦੇ ਪੰਨੇ ਪੜ੍ਹ ਕੇ ਦੇਖ ਲਓ, ਕਿਤੇ ਵੀ ਜਾ ਕੇ ਦੇਖ ਲਓ ਜੀ, ਬਰਗਾੜੀ ਕਾਂਡ ਹੋਇਆ, ਜਿੰਨੇ ਵੀ ਇੱਥੇ 2 ਮਿੰਟ ਸ਼ਹੀਦ ਹੋਏ ਆ, ਕੋਟਕਪੂਰੇ ਵਿੱਚ ਵੀ ਜਿਹੜਾ ਹੋਇਆ ਜੀ, ਇਹਨਾਂ ਲਈ ਗੋਲੀਆਂ ਬੈਠਿਆਂ ਦੀ ਗੋਲੀਆਂ ਕਿੱਦਾਂ ਚੱਲ ਜਾਂਦੀਆਂ ਜੀ? ਜਿਹੜੇ ਉਹ ਜਿਹੜੇ ਝੂਠੇ ਸੌਦਾ ਵਾਲਾ ਜਿਹੜਾ ਬੈਠਾ ਆ, ਉਹਦੇ ਬਾਰੇ ਤਾਂ ਉਹਦੇ ਵਿੱਚ ਹੀ ਸਾਰਾ ਸਾਹਮਣੇ ਆ ਚੁੱਕਿਆ ਵੀ ਉਹਨਾਂ ਦੇ ਉਹ ਕਿਉਂ ਨਹੀਂ ਸੀ ਕਾਰਵਾਈ ਕੀਤੀ ਜਾਂਦੀ ਜੀ ਜੀ, ਉੱਥੇ ਜਾ ਕੇ ਮੱਥੇ ਰਗੜਦੇ ਆ, ਇੱਕ ਆਉਂਦੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਫਾਂਸੀ ਦੇ ਠੇਕੇਦਾਰ ਬਣੇ ਹੋਏ ਹਾਂ, ਇਹਦੇ ਕੋਈ ਸ਼ੱਕ ਕਿਸੇ ਨੂੰ ਕੋਈ ਹੈ ਕੋਈ, ਇਹ ਇੱਕ ਇਹਨਾਂ ਨੂੰ ਵੋਟਾਂ ਮਿਲੇ, ਇੱਕ ਸਭ ਕੁਛ ਚੇਤਾ ਆ ਜਾਂਦਾ ਵੀ ਅਸੀਂ ਪੰਥਕ ਪਾਰਟੀ, ਕਿਸ ਪੰਥ ਦੀ ਗੱਲ ਕਰੀਏ, ਇਹ ਜਿਹੜੇ ਜਿਹਦਾ ਦੀਆਂ ਕਸਮਾਂ ਖਾ ਕੇ ਤੇ ਸਾਹਮਣੇ ਆਉਂਦੇ ਆ, ਉਹਨਾਂ ਉਹਨਾਂ ਦੇ ਬਾਰੇ ਤਾਂ ਕੁਛ ਕਰ ਨਹੀਂ ਸਕਿਆ
ਬਾਕੀ ਹੋਰ ਕੀ ਆ, ਕਿੰਨੇ ਮੁੰਡੇ ਸੀ ਕੀ, ਇਹਨੇ ਜਿੰਨੇ ਵੀ ਬੇਅਦਬੀ ਦੇ ਕਾਰਨ ਹੋਏ ਆ ਆਪਣੇ ਵਿਚਾਰ, ਇਹਨਾਂ ਨੇ ਕਿਸੇ ਨੂੰ ਇਨਸਾਫ਼ ਦਵਾਇਆ? ਜੀ 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 ਜੀ, ਕੋਈ ਗੱਲ ਸਾਹਮਣੇ ਆਣੀ ਚਾਹੀਦੀ ਸੀ। ਫਿਰ ਕਹਿੰਦੇ ਆ ਜੀ ਬਾਹਰ ਗਿਆ ਤੇ ਇਹਨਾਂ ਦਾ ਵਿਰੋਧ ਕਰ ਰਹੇ ਲੋਕ, ਵਿਰੋਧ ਨਾ ਕਰਨ ਉਹ ਕਾਰਨ ਕੀ? ਜੀ ਜੀ ਜੀ, ਬੈਠਿਆਂ ਵਿੱਚ ਉੱਦਾਂ ਲੋਕ ਖੜ ਕੇ ਇਨਸਾਫ਼ ਨੇ ਉੱਦਾਂ ਕਰਦੇ, ਬੈਠ ਕੇ ਕਰਦੇ ਤਾਂ ਉੱਥੇ ਗੋਲੀ ਚੱਲਦੀ ਆ। ਜੀ ਜੀ, ਇਹਨਾਂ ਨੂੰ ਸਭ ਕੁਝ ਪਤਾ ਹੀ ਸੀ ਜੀ, ਕੀ ਇਹਨਾਂ ਨੇ ਇਨਸਾਫ਼ ਦਵਾ ਦਿੱਤਾ? ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਲੋੜ ਸੀਗੀ ਕਿ ਉਸ ਗੱਲ ਉੱਤੇ ਵੀ ਇਹ ਗੱਲ ਕਰਦੇ। ਮੇਰੇ ਨਾਲ ਹੋਰ ਵੀ ਕਾਲਰ ਜੁੜੇ ਹੋਏ ਨੇ, ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਮੈਂ ਪੈਰਿਸ ਤੋਂ ਬੋਲ ਰਿਹਾ ਜੀ। ਜੀ ਜੀ, ਕੀ ਕਹਿਣਾ ਚਾਹੋਗੇ? ਮੈਂ ਗੁੱਲੀ ਬੋਲ ਰਿਹਾ ਪੈਰਿਸ ਤੋਂ ਜੀ। ਗੁੱਲੀ, ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਅੱਜ ਆਪਣੇ ਖਹਿਰਾ ਸਾਹਿਬ ਨੇ ਕਿਹਾ ਜੀ ਕਿ ਅਕਾਲੀ ਦਲ ਪਾਰਟੀ ਨੂੰ ਕੀ ਆਪਣਾ ਗ੍ਰਿਫਤਾਰ ਕਰੋ, ਕੀ ਚੱਕਰ ਕੀ ਲੱਗਾ ਜੀ, ਕੀ ਕਹਿ ਰਹੇ ਹੋ ਜੀ? ਮੈਂ ਇਹ ਵਿਚਾਰ ਪੁੱਛ, ਅਕਾਲੀ ਦਲ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਸੁਖਪਾਲ ਖਹਿਰਾ ਨੇ ਉਹਨਾਂ ਲਗਾਏ ਨੇ। ਹਾਂਜੀ ਠੀਕ ਹੈ ਜੀ, ਮੈਂ ਇਸ ਬਾਰੇ ਜ਼ਰੂਰ ਮੈਂ ਤੁਹਾਨੂੰ ਦੱਸਦਾ। ਜਿਹੜੇ ਲਗਾਤਾਰ ਮਾਮਲਾ ਭਗਦਾ ਜਾ ਰਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਲੈ ਕੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ ਸੀਗੀ ਬਹੁਤ ਪਹਿਲਾਂ। ਉਸ ਤੋਂ ਬਾਅਦ ਪੰਜਾਬ ਦੀ ਜਨਤਾ ਨੇ, ਪੰਜਾਬ ਦੇ ਵਿੱਚ ਵਸਦੇ ਵਸਨੀਕਾਂ ਨੇ, ਵਿਰੋਧੀ ਧਿਰਾਂ ਨੇ ਇਹ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜਿਹੜੀ ਰਿਪੋਰਟ ਹੈ ਇਹ ਜਨਤਕ ਕਰਨੀ ਚਾਹੀਦੀ ਹੈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਅਤੇ ਜੇ ਨਾਲ ਉਹਨਾਂ ਦਾ ਜਿਹੜਾ ਕੈਬਨਿਟ ਮਿਨਿਸਟਰ ਹੈ, ਉਹਨਾਂ ਦੇ ਇਹ ਬਿਆਨ ਸਾਹਮਣੇ ਆਏ ਕਿ ਅਸੀਂ ਇਹਨੂੰ ਅਸੈਂਬਲੀ ਦੇ ਵਿੱਚ ਕਰਾਂਗੇ। ਲੇਕਿਨ ਅਸੈਂਬਲੀ ਤੋਂ ਪਹਿਲਾਂ ਹੀ ਜਿਹੜੀ ਇਹ ਰਿਪੋਰਟ ਹੈ ਇੰਟਰਨੈਟ ਦੇ ਵਿੱਚ 109 ਪੰਨੇ ਜਿਹੜੇ ਆ ਉਹ ਲੀਕ ਹੋ ਜਾਂਦੇ ਨੇ। ਲੀਕ ਹੋਣ ਤੋਂ ਬਾਅਦ ਹੁਣ ਜਿਹੜੇ ਸੁਖਪਾਲ ਖਹਿਰਾ ਨੇ ਉਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਜੁਲੀ ਆਪਸ ਦੇ ਵਿੱਚ ਗੱਲਬਾਤ ਹੈ, ਮਿਲੀ ਭਗਤ ਹੈਗੀ ਹੈ, ਜਿਸ ਕਰਕੇ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਗਿਆ। ਇਹ ਸੁਖਪਾਲ ਖਹਿਰਾ ਨੇ ਆਪਣੇ ਬਿਆਨ ਦਿੱਤੇ ਨੇ ਔਰ ਉਹਨਾਂ ਨੇ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਇਸ ਮੁਤਾਲਕ ਜਲਦ ਤੋਂ ਜਲਦ ਜਿਹੜਾ ਉਹ ਫੈਸਲਾ ਔਰ ਇਨਵੈਸਟੀਗੇਸ਼ਨ ਹੋਰ ਤੇਜ਼ ਹੋਣੀ ਚਾਹੀਦੀ ਹੈ। ਲੇਕਿਨ ਹੁਣ ਸਿਆਸਤ ਇੱਥੇ ਇਹ ਸਮਝ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਕਿ ਇਹ ਤਾਂ ਮੰਡੀ ਦੇ ਵਿੱਚ ਮਿਲਦੀ ਹੈ, ਪੰਜ ਪੰਜ ਦਸ ਦਸ ਰੁਪਏ ਦੀ ਵਿਕਰੀ ਹੈ, ਇਹਨੂੰ ਜਿੱਥੋਂ ਮਰਜ਼ੀ ਜਾ ਕੇ ਚੰਡੀਗੜ੍ਹ ਦੇ ਬਾਜ਼ਾਰ ਤੋਂ ਜਾਂ ਫਿਰ ਪੰਜਾਬ ਦੇ ਕਿਸੇ ਵੀ ਸਬਜ਼ੀ ਮੰਡੀ ਤੋਂ ਜਾ ਕੇ ਚੱਕ ਲਿਓ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ। ਸੁਖਪਾਲ ਖਹਿਰਾ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਪਸ ਦੇ ਵਿੱਚ ਰਿਸ਼ਤੇਦਾਰੀ ਹੈਗੀ ਹੈ, ਉਹਨਾਂ ਦੇ ਜੀਜਾ ਜੀ ਲੱਗਦੇ ਨੇ। ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਮਿਲੀ ਭੁਗਤ ਹੈਗੀ ਹੈ, ਸੁਖਪਾਲ ਖਹਿਰਾ ਵੀ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਆਪਸ ਦੀ ਰਿਸ਼ਤੇਦਾਰੀ ਹੈ। ਹੁਣ ਜਿਹੜਾ ਮਾਮਲਾ ਹੈ ਜਿਹੜਾ ਸੁਲਝਿਆ ਹੋਇਆ ਨਵੀਨ ਜੀ ਨਾਲ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੀ ਗੱਲਬਾਤ ਹੁਣ ਸਾਹਮਣੇ ਆ ਰਹੀ ਹੈ ਔਰ ਗੁੰਝਲ ਹੋਇਆ ਪਿਆ ਹਰ ਕੁਝ, ਉਹਨੂੰ ਕਿਸ ਤਰੀਕੇ ਨਾਲ ਸੁਲਝਾਇਆ ਜਾ ਸਕਦਾ? ਦੇਖੋ, ਇਹ ਚੀਜ਼ ਜ਼ਾਹਿਰ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਇਹਨੂੰ ਲੈ ਕੇ ਤਾਂ ਸਿਆਸਤ ਹੋਣੀ ਸੀ ਔਰ ਅਸੈਂਬਲੀ ਦੇ ਵਿੱਚ ਵੀ ਔਰ ਅਸੈਂਬਲੀ ਦੇ ਬਾਹਰ ਵੀ ਜਿਹੜਾ ਹੰਗਾਮਾ ਹੋਇਆ ਉਹ ਹੋਣਾ ਸੀਗਾ। ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਹੀ ਰਿਪੋਰਟ ਟੇਬਲ ਹੋਈ ਉਹ ਵਾਕਆਊਟ ਕਰ ਗਏ, ਖਹਿਰਾ ਨੇ ਬਾਹਰ ਜਾ ਕੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਅਰੈਸਟ ਕਰੋ, ਉਹ ਸਾਰਾ ਉਹਨੂੰ ਲੈ ਕੇ ਚੱਲਦਾ ਪਿਆ। ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਫੇਸ ਕਰਨਾ ਚਾਹੀਦਾ ਸੀ ਅੰਦਰ ਰਹਿ ਕੇ, ਅਗਰ ਉਹਨਾਂ ਨੂੰ ਆਪਣੇ ਕੋਈ ਲੌਜਿਕ ਦੇਣੇ ਚਾਹੀਦੇ ਸੀ ਤਾਂ ਉਹਨਾਂ ਨੂੰ ਦੇਣੇ ਚਾਹੀਦੇ ਸੀ ਕਿ ਅਸੀਂ ਇਹ ਸਾਡੇ ਤੇ ਅਗਰ ਇਲਜ਼ਾਮ ਹੈ ਤੇ ਕਿਉਂ ਨਹੀਂ ਸਾਡੇ ਤੇ ਲੱਗਣਾ ਚਾਹੀਦਾ। ਜੋ ਪਰਸੈਪਸ਼ਨ ਲੋਕਾਂ ਦੀ ਬਣੀ ਹੋਈ ਹੈ, ਜੋ ਸਰਕਾਰ ਨੇ ਕੀਤਾ ਉਹ ਐਸੀ ਕਿ ਸਿਸਟਮ ਉਸ ਸਮੇਂ ਸੱਤਾ ਦੇ ਵਿੱਚ ਤੇ ਆਈ ਸੀਗੇ ਨਾ, ਤੁਹਾਨੂੰ ਯਾਦ ਹੋਏਗਾ ਅਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਇਹ ਮੁੱਦਾ ਬਣਿਆ ਸੀ ਬਹੁਤ ਵੱਡਾ ਬੇਅਦਬੀ ਵਾਲਾ, ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਕਿਹਾ ਸੀ ਕਿ ਜਦੋਂ ਅਸੀਂ ਸੱਤਾ 'ਚ ਆਵਾਂਗੇ ਤਾਂ ਅਸੀਂ ਇੱਕ ਨਿਆਇਕ ਕਮਿਸ਼ਨ ਇੱਕ ਜੁਡੀਸ਼ੀਅਲ ਕਮਿਸ਼ਨ ਬਿਠਾ ਕੇ ਇਹਦੀ ਜਾਂਚ ਕਰਾਵਾਂਗੇ, ਉਹਦੇ ਮੁਤਲਕ ਕੀਤਾ ਗਿਆ। ਹੁਣ ਜਦੋਂ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇਹਦੇ 'ਚ ਸਿੱਧੀ ਉਂਗਲੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਹੈ ਤਾਂ ਕਾਂਗਰਸ ਵਾਂਟਿਡ ਟੂ ਗੈਟ ਅ ਪੋਲੀਟੀਕਲ ਮਾਈਲੇਜ ਆਊਟ ਆਫ ਇਟ। ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆ ਗਿਆ ਤਾਂ ਉਹਨਾਂ ਨੇ ਹੁਣ ਰਿਪੋਰਟ ਲੀਕੇਜ ਦਾ ਮੁੱਦਾ ਬਣਾ ਲਿਆ, ਇਹ ਕਹਿਤਾ ਕਿ ਇਹ ਫਰੈਂਡਲੀ ਕਮਿਸ਼ਨ ਹੈ, ਪਪਿਟ ਕਮਿਸ਼ਨ ਹੈ, ਇਹਦੇ 'ਚ ਜੋ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਸੀ ਉਹ ਲਿਖਵਾ ਲਿਆ ਔਰ ਸਾਡੀ ਬਦਨਾਮੀ। ਅੱਛਾ, ਇੱਕ ਗੱਲ, ਸਾਡੇ ਜਿਹੜੇ ਹੋਰ ਕਾਲਰਸ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਸਵਾਲ ਚੱਲਦਾ ਕਿ ਵਿਕਲਪ ਨਹੀਂ ਹੈਗਾ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਤੋਂ ਉਮੀਦਾਂ ਲਗਾ ਕੇ ਰੱਖੀਆਂ ਸੀਗੀਆਂ ਔਰ ਜਿਸ ਤਰੀਕੇ ਦੀ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਆ ਚੁੱਕੀ ਹੈ, ਸਾਡੇ ਕਾਲਰਸ ਨੇ ਵੀ ਦੱਸਿਆ, ਤੁਸੀਂ ਵੀ ਉਸ ਗੱਲ ਨੂੰ ਬਿਆਨ ਕੀਤਾ, ਮੈਂ ਦੇ ਕਾਰਨ ਆਮ ਆਦਮੀ ਪਾਰਟੀ ਜਿਹੜੀ ਉਹ ਵਿਕਲਪ ਨਹੀਂ ਬਣ ਪਾਈ। ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਹੈਗੀ ਹੈ ਪੰਜਾਬ ਦੇ ਵਿੱਚ ਅਜਿਹੀਆਂ ਪਾਰਟੀਆਂ ਆਉਣ ਦੀ ਜਾਂ ਉਭਰਨ ਦੀ, ਤਾਂ ਕਿ ਨਵੀਂ ਗੱਲ ਹੋ ਸਕੇ, ਨਵੀਂ ਉਮੀਦ ਔਰ ਫੋਰ ਦੀ ਬੈਟਰਮੈਂਟ ਆਫ ਪੰਜਾਬ ਦੇਰ ਕੈਨ ਬੀ ਅ ਨਿਊ ਡਾਇਲੋਗ ਇਨ ਪੰਜਾਬ? ਪਤਾ ਕੀ ਚੱਕਰ ਹੁੰਦਾ, ਜਦੋਂ ਨਵੀਂ ਕੋਈ ਪਾਰਟੀ ਆਉਂਦੀ ਹੈ ਤਾਂ ਉਹਦੇ 'ਚ ਈਗੋ ਟਸਲ ਜ਼ਿਆਦਾ ਹੁੰਦੀ ਹੈ। ਹੁਣ ਅਸੀਂ ਪੁਰਾਣੀਆਂ ਜਿਹੜੀਆਂ ਇਸਟੈਬਲਿਸ਼ ਪਾਰਟੀਆਂ ਨੇ, ਹੁਣ ਕਾਂਗਰਸ ਦੇ ਵਿੱਚ ਈਗੋ ਟਸਲ ਰੱਖ ਕੇ ਕੀ ਕਰੇਗਾ, ਉੱਥੇ ਤਾਂ ਸੋਨੀਆ ਗਾਂਧੀ ਰਾਜੀਵ ਅਤੇ ਰਾਹੁਲ ਗਾਂਧੀ ਸੁਪਰੀਮ ਨੇ। ਸ਼੍ਰੋਮਣੀ ਅਕਾਲੀ ਦਲ 'ਚ ਕੋਈ ਆਦਮੀ ਕੀ ਈਗੋ ਟਸਲ ਰੱਖੇ?
ਪਾਰਟੀ ਨਵੀਂ ਉੱਠੀ ਸੀ, ਇਹਦੇ 'ਚ ਕੌਣ ਸੀ? ਅਰਵਿੰਦ ਕੇਜਰੀਵਾਲ ਹੀ ਵਾਜ਼ ਸਿਟਿੰਗ ਇਨ ਦਿੱਲੀ, ਮਨੀਸ਼ ਸਿਸੋਦੀਆ ਹੀ ਵਾਜ਼ ਸਿਟਿੰਗ ਇਨ ਦਿੱਲੀ, ਅਤੇ ਇੱਕ ਪੂਰਾ ਪਲੇਗਰਾਊਂਡ ਮਿਲ ਗਿਆ ਪੰਜਾਬ ਦਾ ਇੱਥੇ ਦੇ ਲੋਕਲ ਲੀਡਰਸ ਨੂੰ ਚੌਧਰੀ ਬਣਨ ਦਾ। ਚੌਧਰੀ ਬਣਨ ਦੇ ਕਦੀ ਭਗਵੰਤ ਮਾਨ ਕੇ ਮੈਂ ਵਾਂ, ਕਦੀ ਦੂਜਾ ਬੰਦਾ ਕੇ ਮੈਂ ਵਾਂ, ਅਤੇ ਇਸ ਚੱਕਰ 'ਚ ਈਗੋ ਟਸਲ ਜਿਹੜੀ ਰਹੀ, ਇਹ ਈਗੋ ਟਸਲ ਦੇ ਚੱਕਰ ਹੀ ਆਮ ਆਦਮੀ ਪਾਰਟੀ ਦਾ ਚੌਧਰਪੁਣਾ ਇਹਨਾਂ ਨੂੰ ਲੈ ਗਿਆ ਕਿ ਇਹਨੂੰ ਅੱਗੇ ਕਿਉਂ ਕੀਤਾ, ਮੈਨੂੰ ਕਿਉਂ ਨਹੀਂ ਕੀਤਾ, ਚੀਮਾ ਨੂੰ ਕਿਉਂ ਬਣਾਇਆ, ਮੈਨੂੰ ਕਿਉਂ ਹਟਾਇਆ, ਇਸ ਵਾਸਤੇ ਈਗੋ ਟਸਲ ਔਰ ਮੈਂ ਦੇ ਚੱਕਰ 'ਚ ਪੰਜਾਬ ਆਮ ਆਦਮੀ ਪਾਰਟੀ ਖਰਾਬ ਹੋ ਗਈ। ਕਾਲਰਸ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੀ ਕਾਲਸ ਆਪਾਂ ਨਾਲ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਰਾਜ ਗੁਜਰ ਵਿਆਨਾ ਤੋਂ ਬੋਲ ਰਹੇ ਹਾਂ ਜੀ। ਜੀ ਰਾਜ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਡਿਬੇਟ ਦੇਖ ਰਿਹਾ ਸੀ। ਪਹਿਲੀ ਤਾਂ ਗੱਲ ਜੀ, ਜਦੋਂ ਰਿਪੋਰਟ ਕੈਪਟਨ ਸਾਹਿਬ ਨੂੰ ਡਾਇਰੈਕਟਲੀ ਪੇਸ਼ ਕੀਤੀ ਹੈ, ਦਿੱਤੀ ਹੈ ਜੀ, ਤਾਂ ਫਿਰ ਉਹ ਲੀਕ ਕਿਸ ਤਰੀਕੇ ਹੋ ਗਈ ਜੀ? ਫਿਰ ਸੈਕੰਡਲੀ, ਇਹ ਪਹਿਲਾਂ ਕਹਿੰਦੇ ਸੀ ਕਿ ਸਾਨੂੰ ਪੰਜਾਬ 'ਚ ਕਿਹੜੀ ਵੀ ਤੁਰੀ ਜਾਂਦੀ ਹੋਵੇ ਸੁਖਬੀਰ ਬਾਦਲ ਅਤੇ ਉਹਨਾਂ ਦੇ, ਸਾਨੂੰ ਦਿਖਦੇ ਹੀ ਹੈ, ਤੇ ਇਹਨਾਂ ਨੂੰ ਫਿਰ ਜੇ ਕਿਹੜੀ ਵੀ ਦਿਖਦੀ ਹੀ ਸੀ ਤਾਂ ਇਹਨਾਂ ਨੂੰ ਜਿਹਨਾਂ ਨੇ ਗੁਰੂ ਮਹਾਰਾਜ ਦੀ ਡੈਥ ਵੀ ਕੀਤੀ ਹੈ ਉਹ ਕਿਉਂ ਨਹੀਂ ਦਿਖੇ? ਵੈਰੀ ਨਾਈਸ, ਜਾਂ ਉਹ ਕਿਉਂ ਨਹੀਂ ਦਿਸੇ? ਵੈਰੀ ਨਾਈਸ ਜੀ ਜੀ ਜੀ। ਸੈਕੰਡਲੀ ਇਹ ਵੇ ਕਿ ਇਹਨਾਂ ਨੇ ਅੱਜ ਫਿਰ ਡੈਥ ਵੀ ਕੀਤੀ ਹੈ, ਸ਼ਾਇਦ ਕੋਈ ਨੋਟ ਕਰੇ ਚਾਹੇ ਨਾ ਕਰੇ, ਮੈਂ ਆਪਣੀ ਫੇਸਬੁੱਕ ਤੇ ਵੀ ਲਿਖਿਆ ਸੀ ਇਹ ਚੀਜ਼ ਜੀ ਜੀ। ਅੱਜ ਅਸੀਂ ਇੱਕ, ਤੁਸੀਂ ਇੱਕ ਪੇਜ ਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖ ਲਓ, ਰਿਪੋਰਟ ਤੇ ਕਿੰਨੀ ਵਾਰੀ ਲਿਖਿਆ ਗਿਆ ਜੀ ਜੀ ਜੀ, ਔਰ ਇਹਨਾਂ ਨੇ ਅੱਜ ਉਹ ਪੈਰਾਂ ਦੇ ਵਿੱਚ ਰਿਪੋਰਟ ਰੋਲੀ ਹੈ, ਸੈਕਿੰਡ ਟਾਈਮ ਇਹਨਾਂ ਨੇ ਸਾਹਮਣੇ ਲੋਕਾਂ ਦੇ, ਸਾਰੀ ਦੁਨੀਆਂ ਦੇ ਸਾਹਮਣੇ ਅੱਜ ਇਹਨਾਂ ਨੇ ਫੇਰ ਇਹ ਕੰਮ ਕੀਤਾ ਜੀ 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 ਜੀ। ਤੁਸੀਂ ਤੁਸੀਂ ਵੀ ਦੇਖੋ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਸੀਂ ਇਹ ਸੋਚਿਓ ਜੇ ਕਿ ਉਹਦੇ ਉੱਤੇ ਲਿਖ ਲਓ ਪਾਈ ਦਿੱਤੇ, ਉਹਨੂੰ ਫਿਰ ਆਪਣੇ ਪੈਰਾਂ ਦੇ ਵਿੱਚ ਸੁੱਟ ਕੇ ਵੇਖੋ, ਤੁਸੀਂ ਸੁੱਟ ਸਕਦੇ ਹੋ ਜੀ 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 ਜੀ। I think you have raised a valid point. Second time ਜਿਹੜਾ ਹੈ ਦੁਨੀਆਂ ਦੇ ਸਾਹਮਣੇ ਹੀ ਇਹ ਚੀਜ਼ ਹੋ ਗਈ ਹੈ, ਪਰ ਫਿਰ ਵੀ ਜੇ ਨਾ ਵੀ ਮੰਨਣ, ਠੀਕ ਹੈ ਸਹਿਮਤ ਨਹੀਂ ਰਿਪੋਰਟ ਦੇ ਨਾਲ, ਕੋਈ ਗੱਲ ਨਹੀਂ ਹੈ, ਪਰ ਉਸ ਤੇ ਉਹਦੀ ਇਹ ਤਾਂ ਫਿਰ ਵੀ ਤਾਂ ਨਹੀਂ ਇਸ ਚੀਜ਼ ਤੋਂ ਕਰਨਾ ਚਾਹੀਦਾ ਕਿ ਤੁਸੀਂ ਰਿਪੋਰਟ ਸੋੜ ਦਿਓ ਜਾਂ ਤੁਸੀਂ ਇਸ ਚੀਜ਼ ਨੂੰ ਸੈਸ਼ਨ ਨੂੰ ਨਾ ਚੱਲਣ ਦਿਓ, ਇਹ ਕੋਈ ਕੋਈ ਇਹ ਕੋਈ ਸਹੀ ਕੰਮ ਨਹੀਂ ਹੈਗਾ ਜੀ 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 ਜੀ। ਮੈਂ ਦਰਸ਼ਕਾਂ ਨੂੰ ਥੈਂਕ ਯੂ ਵੈਰੀ ਮਚ, ਕੁਝ ਹੋਰ ਤੁਸੀਂ ਗੱਲ ਰੱਖਣਾ ਚਾਹੋਗੇ? ਨਹੀਂ, ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਅੱਛਾ, ਬਹੁਤ ਅੱਛਾ, ਆਈ ਲਾਈਕ ਯੋਰ ਪੁਆਇੰਟ, ਆਈ ਲਾਈਕ ਯੋਰ ਪੁਆਇੰਟ ਜਿੱਥੇ ਤੁਸੀਂ ਰੇਜ਼ ਕੀਤਾ। ਇੱਕ ਤਾਂ ਅਗਰ ਉਹ ਕਹਿੰਦੇ ਨੇ ਕਿ ਸਾਨੂੰ ਸਭ ਕੁਝ ਦੱਸਦਾ ਪੰਜਾਬ ਦੇ ਵਿੱਚ ਕੀ ਹੋ ਰਿਹਾ, ਤਾਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਬੇਦਬੀ ਆਖਿਰਕਾਰ ਕਿੰਨੇ ਕਰਵਾਈ ਆ। ਐਂਡ ਸੈਕਿੰਡ, ਜਿਹੜੀ ਅੱਜ ਪੈਰਾਂ ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਵੀ ਖਿਲਰਦੀ ਹੋਈ ਨਜ਼ਰ ਆਈ ਆ। ਇੱਥੇ ਇੱਕ ਮੈਂ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ, ਕੱਲ੍ਹ ਦਾ ਜਿਹੜਾ ਸੈਸ਼ਨ ਹੈ ਹਾਲ ਫਿਲਹਾਲ ਦੇ ਵਿੱਚ ਹੋਰ 5-6 ਘੰਟਿਆਂ ਬਾਅਦ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਏਗਾ ਚੰਡੀਗੜ੍ਹ ਦੇ ਵਿੱਚ। ਇਹ ਪੰਜਾਬ ਦੇ ਨਿੱਜੀ ਚੈਨਲਾਂ ਦੇ ਵਿੱਚ ਪਹਿਲੀ ਵਾਰ ਜਿਹੜਾ ਹੁਣ ਲਾਈਵ ਵੀ ਹੋਣ ਜਾ ਰਿਹਾ, 3-4 ਚੈਨਲਾਂ ਦੇ ਵਿੱਚ ਲਾਈਵ ਵੀ ਹੋਏਗਾ, ਅਤੇ ਲਾਈਵ ਜਿਹੜੀ ਤਸਵੀਰ ਹੈ ਵੱਖ ਵੱਖ ਚੈਨਲਾਂ ਵਿੱਚ ਆਉਣਗੀਆਂ। ਸਾਡੀ ਟੀਮ ਜਿਹੜੀ ਹੈ ਜਸ ਬ੍ਰੌਡਕਾਸਟਿੰਗ ਦੀ, ਉਹ ਵੀ ਉੱਥੇ ਮੌਜੂਦ ਰਹੇਗੀ, ਤੁਹਾਨੂੰ ਪਲ ਪਲ ਦੀ ਜਾਣਕਾਰੀ ਅਸੀਂ ਚੈਨਲ ਦੇ ਉੱਤੇ ਦਿੰਦੇ ਰਹਾਂਗੇ। ਤਾਂ ਤੁਸੀਂ ਸਾਡੇ ਜਿਹੜੇ ਹੋਰ ਪ੍ਰੋਗਰਾਮ ਨੇ, ਪ੍ਰਾਈਮ ਟਾਈਮ ਨਿਊਜ਼ ਜਾਂ ਵਰਲਡ ਨਿਊਜ਼, ਉਹਦੇ ਵਿੱਚ ਅਸੀਂ ਤੁਹਾਨੂੰ ਇਜਲਾਸ ਦੀਆਂ ਪਲ ਪਲ ਦੀ ਜਾਣਕਾਰੀ ਕਿ ਆਖਿਰਕਾਰ ਕੀ ਕੁਝ ਹੋ ਰਿਹਾ ਉਹ ਵੀ ਤੁਹਾਨੂੰ ਦਿੰਦੇ ਰਹਾਂਗੇ। ਲਾਈਵ ਅਪਡੇਟ ਤੁਹਾਨੂੰ ਅਸੀਂ ਪਹੁੰਚਾਉਂਦੇ ਰਹਾਂਗੇ, ਉਹ ਵੀ ਅਸੀਂ ਕੋਸ਼ਿਸ਼ ਦਿੰਦੇ ਰਹਾਂਗੇ ਕਿ ਆਖਿਰਕਾਰ ਅਪਡੇਟ ਕੀ ਨੇ। ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਹੇ ਹਾਂ, ਵੇਖ ਪਾ ਰਹੇ ਹਾਂ ਕਾਫੀ ਸਾਰੇ ਕਾਲਰਸ ਮੇਰੇ ਨਾਲ ਜੁੜੇ ਹੋਏ ਨੇ, ਵਿਚਾਰ ਵਟਾਂਦਰਾ ਕਰਾਂਗੇ ਇਸ ਬ੍ਰੇਕ ਤੋਂ ਉਸ ਪਾਰ।